ਜਗਨਵੀਰ ਬਚਪਨ ਤੋਂ ਹੀ ਸਲਮਾਨ ਸਾਹ ਦਾ ਬਹੁਤ ਵੱਡਾ ਫੈਨ ਸੀ ਇਹ ਉਹਨਾਂ ਦੀ ਇੱਕੋ ਮੂਵੀ ਕਈ ਕਈ ਵਾਰ ਦੇਖਦਾ ਸੀ ਤੇ ਇਹਦੀ ਇੱਕੋ ਦਿੱਲੀ ਤਮੰਨਾ ਸੀ ਕਿ ਮੈਂ ਲਾਈਫ ਚ ਇੱਕ ਵਾਰ ਸਲਮਾਨ ਸਾਹ ਨੂੰ ਜ਼ਰੂਰ ਮਿਲਣਾ ਹੈ ਮਗਰ ਕੁਦਰਤ ਇਸ ਤਰ੍ਹਾਂ ਨਾਲ ਇਹਨੂੰ ਮਿਲਾਏਗੀ ਕਾਰਨ ਕੈਂਸਰ ਬਣ ਜਾਏਗਾ ਇਹ ਕਦੇ ਨਹੀਂ ਸੋਚਿਆ ਸੀ ਉਹ ਕਿਸੇ ਡਾਕਟਰਸ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਇੰਨੀ ਵੱਡੀ ਪ੍ਰੋਬਲਮ ਫੇਸ ਕਰ ਰਿਹਾ ਹੋਏਗਾ ਅਗਰ ਕਹਿੰਦੇ ਪਾਣ ਵਾਲਾ ਤੇ ਕੱਢਣ ਵਾਲਾ ਆਪ ਪਰਮਾਤਮਾ ਹੁੰਦਾ ਹੈ ਉਸ ਪਰਮਾਤਮਾ ਨੇ ਹੀ ਆਪ ਉਹ ਹੌਸਲਾ ਦਿੱਤਾ ਕਿ ਔਰ ਸਮਝਾਇਆ ਇਹ ਸੌਰਟ ਆਫ ਮਨ ਚ ਕਿ ਅਗਰ ਅਸੀਂ ਟੁੱਟ ਗਏ ਅਸੀਂ ਬਿਖਰ ਗਏ ਤੇ ਇਹ ਫਿਰ ਇੰਨਾ ਛੋਟਾ ਜਿਹਾ ਬੱਚਾ ਇਸ ਜੰਗ ਨੂੰ ਕਿਵੇਂ ਜਿੱਤੇਗਾ ਮੈਨੇ ਸਲਮਾਨ ਸਰ ਨੂੰ ਉਹਨਾਂ ਦੇ ਬ੍ਰੇਸਲੇਟ ਫੀਲ ਕਰਕੇ ਤੇ ਉਹਨਾਂ ਦੇ ਬਾਈਸੈਪਸ ਫੀਲ ਕਰਕੇ ਪਛਾਣਿਆ ਸੀ ਉਹਨਾਂ ਜਦ ਮੈਂ ਅੰਦਰ ਆਇਆ ਸੀ ਉਹਨਾਂ ਦੇ ਬੰਗਲੇ ਵਿੱਚ ਉਹਨਾਂ ਦਾ ਫਰਸਟ ਵਰਡ ਆਈ ਸੀ ਸਰਦਾਰ ਜੀ 5 ਸਾਲ ਲਗਾ ਦੀ ਆਨੇ ਮੇ ਐਵਰੀ ਡੇ ਹੀ ਵਾਂਟਸ ਟੂ ਲਰਨ ਨਿਊ ਥਿੰਗ सो so, बच्चों के साथ ये बहुत केयरिंग है लविंग है रिस्पॉन्सिबिलिटी देखता है क्लास में मॉनिटर है और अपने हर सब्जेक्ट में बहुत अच्छा है नमस्कार तो ग्रेट पंजाब टीवी देखने वाले दर्शक का स्वागत है दोस्तों एक तो बहादुरी की मिसाल छोटे बच्चे ना मिलावे जिसने महज साढ़े तीन साल की उम्र के बहुत वर्ती जंग जीती है ਜਗਨਬੀਰ ਜਦੋਂ ਅੱਖਾਂ ਤੋਂ ਹੀਣ ਹੋ ਜਾਂਦਾ ਯਾਨੀ ਕਿ ਉਸ ਦੀ ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਹੈ ਤਾਂ ਇਹ ਕੈਂਸਰ ਟਿਊਮਰ ਜਿਸ ਦਾ ਇਲਾਜ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਵਿਖੇ ਹੋਇਆ ਤੇ ਅੱਜ ਜਗਨਬੀਰ ਸਹੀ ਸਲਾਮਤ ਸਾਡੇ ਵਿਚਕਾਰ ਮੌਜੂਦਾ ਦੇਖੋ ਇਹ ਉਹੀ ਬੱਚਾ ਹੈ ਜਿਸ ਦਾ ਹੌਸਲਾ ਕਿਸੇ ਜਿਹੜਾ ਕਿ ਯੋਧੇ ਤੋਂ ਘੱਟ ਨਹੀਂ ਹੈਗਾ ਤੇ ਬੜੀ ਬਹਾਦਰੀ ਨਾਲ ਇਸ ਨੇ ਇਹ ਜਿਹੜੀ ਕਿ ਜੰਗ ਪਤ ਕੀਤੀ ਹੈ ਅਤੇ ਹੁਣ ਆਮ ਬੱਚਿਆਂ ਵਾਂਗ ਜਿਹੜਾ ਕਿ ਜਗਨਬੀਰ ਵਿਚ ਰਿਹਾ ਤੇ ਸਕੂਲ ਦੇ ਵਿੱਚ ਪੜ੍ਹਾਈ ਵੀ ਕਰਿਆ ਸਾਡੇ ਨਾਲ ਜਗਨਵੀਰ ਦੀ ਮੰਮਾ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫੈਸ਼ੀਕਲ ਮੈਮ ਸਰ ਫੈਸ਼ੀਕਲ ਸਰ ਮੈਮ ਕਦੋਂ ਜਗਨਵੀਰ ਨੂੰ ਇੰਨੀ ਵੱਡੀ ਟਿਊਮਰ ਦੇ ਬਾਰੇ ਪਤਾ ਲੱਗਿਆ ਤੇ ਕੀ ਸਿਚੁਏਸ਼ਨ ਸੀ ਉਸ ਸਮੇਂ ਸਰ ਜਗਨਵੀਰ ਜਦੋਂ ਹੋਏ ਹੈ ਬਿਲਕੁਲ ਨਾਰਮਲ ਚਾਈਲਡ ਵਾਂਗ ਹੋਈ ਸੀ ਤੇ ਉਸ ਤੋਂ ਬਾਅਦ ਸਰ 3.5 ਸਾਲ ਦੀ ਉਮਰ 'ਚ ਅਚਾਨਕ ਹੀ ਇੱਕ ਦਿਨ ਇਹਦੀ ਵਿਜ਼ਨ ਚਲੇ ਗਈ ਤੇ ਜਦੋਂ ਅਸੀਂ ਟੈਸਟ ਕਰਾਇਆ ਸਾਨੂੰ ਪਤਾ ਲੱਗਿਆ ਕਿ ਸਮਥਿੰਗ ਵਹ ਹਾਰਡ ਹੀ ਇਜ਼ ਸਫਰਿੰਗ ਵਿਦ ਤੇ ਉਸ ਤੋਂ ਬਾਅਦ ਡਾਕਟਰਸ ਨੇ ਇਹਨੂੰ ਕਿਹਾ ਕਿ ਤੁਸੀਂ ਇਹਨੂੰ ਮੁੰਬਈ ਲੈ ਜਾਓ ਜਾਂ ਦਿੱਲੀ ਕਿਸੇ ਵੱਡੀ ਸਿਟੀ ਚ ਲੈ ਜਾਓ ਕਿਉਂਕਿ ਜੋ ਪ੍ਰੋਬਲਮ ਇਹਨੂੰ ਹੈ ਉਹਨਾਂ ਨੇ ਉਸ ਵੇਲੇ ਸਾਨੂੰ ਟਿਊਮਰ ਦਾ ਨਾਮ ਨਹੀਂ ਦਿੱਤਾ ਸਿਰਫ ਕਿ ਜੋ ਪ੍ਰੋਬਲਮ ਇਹਨੂੰ ਹੈ ਉਹਦਾ ਇਲਾਜ ਹਾਲ ਫਿਲਹਾਲ ਲੁਧਿਆਣੇ 'ਚ ਨਹੀਂ ਹੈ ਤੇ ਜਿਵੇਂ ਹੁਣ ਤੇ 3.5 ਸਾਲ ਦਾ ਜ਼ਿਕਰ ਕੀਤਾ ਹੈ ਕਿ 3.5 ਸਾਲ ਅਚਾਨਕ ਹੀ ਇਹ ਇਨਸੀਡੈਂਟ ਹੋਇਆ ਜਾਂ ਉਸ ਤੋਂ ਪਹਿਲਾਂ ਕੁਝ ਸਿੰਪਟਮਸ ਵੀ ਨਜ਼ਰ ਆਏ ਸੀਗੇ ਕੁਝ ਸਰ ਮੀਨਾ ਕੋ ਪਹਿਲਾਂ ਤੋਂ ਇਹਦੀ ਨਿੰਦਰ ਵੱਧ ਗਈ ਸੀ ਤੇ ਇਹਦੀ ਭੁੱਖ ਘਟ ਗਈ ਸੀ ਤੇ ਸਾਨੂੰ ਲੱਗਦਾ ਸੀ ਕਿ ਇਹ ਬੀसीएम ਸ਼ਾਸਤਰੀ ਨਗਰ ਸਕੂਲ ਚ ਪਹਿਲਾਂ ਪੜਦਾ ਸੀ ਤੇ ਸਾਨੂੰ ਲੱਗਦਾ ਸੀ ਕਿ ਐਨੂਅਲ ਫੰਕਸ਼ਨ ਚੱਲ ਰਿਹਾ ਹੈ ਸਕੂਲ ਦਾ ਪ੍ਰੈਕਟਿਸ ਚੱਲ ਰਹੀ ਤਾਂ ਹੋ ਸਕਿਆ ਇਹ ਇੰਨਾ ਥੱਕ ਕੇ ਆਂਦਾ ਕਿ ਇਹਨੂੰ ਭੁੱਖ ਨਹੀਂ ਲੱਗਦੀ ਹੈ ਪਰ ਅਸੀਂ ਨਾਰਮਲ ਵਾਈਜ਼ ਇੱਕ ਦੋ ਟੈਸਟ ਕਰਾਏ ਉਹ ਬਿਲਕੁਲ ਠੀਕ ਆਏ ਸੀ ਔਰ ਕਿਸੇ ਡਾਕਟਰਸ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਇੰਨੀ ਵੱਡੀ ਪ੍ਰੋਬਲਮ ਫੇਸ ਕਰ ਰਿਹਾ ਹੋਏਗਾ ਹੁਣ ਫਿਰ ਅਚਾਨਕ ਤੁਹਾਨੂੰ ਉਸ ਬਿਮਾਰੀ ਦਾ ਖੁਲਾਸਾ ਵੀ ਨਹੀਂ ਕੀਤਾ ਜਾਂਦਾ ਸਿਰਫ ਤੁਹਾਨੂੰ ਇਹ ਕਹਿ ਦਿੱਤੇ ਜਾਂਦਾ ਕਿ ਤੁਸੀਂ ਮੁੰਬਈ ਜਾ ਕੇ ਵੱਡੇ ਹਸਪੀਟਲ ਚ ਇਲਾਜ ਕਰਾਓ ਫੇ ਉੱਥੇ ਜਾ ਕੇ ਤੁਹਾਨੂੰ ਜਦੋਂ ਦੱਸਿਆ ਗਿਆ ਤਾਂ ਕਿ ਉਸ ਸਮੇਂ ਮਾਹੌਲ ਚ ਤੇ ਘਰ ਦੀ ਸਿਚੁਏਸ਼ਨ ਕੀ ਸੀ ਹੋਇਆ ਸਰ ਜਦੋਂ ਪਤਾ ਲੱਗਾ ਇੱਕ ਵਾਰ ਤੇ ਹਰ ਬੰਦਾ ਸੁਣ ਕੇ ਹਿਲ ਜਾਂਦਾ ਹੈਗਾ ਮਗਰ ਕਹਿੰਦੇ ਪਾਣ ਵਾਲਾ ਤੇ ਕੱਢਣ ਵਾਲਾ ਆਪ ਪਰਮਾਤਮਾ ਹੁੰਦਾ ਉਸ ਪਰਮਾਤਮਾ ਨੇ ਹੀ ਆਪ ਉਹ ਹੌਸਲਾ ਦਿੱਤਾ ਕਿ ਔਰ ਸਮਝਾਇਆ ਐ ਸਾਰਟ ਆਫ ਮਨ ਚ ਕਿ ਅਗਰ ਅਸੀਂ ਟੁੱਟ ਗਏ ਅਸੀਂ ਬिखर ਗਏ ਤੇ ਇਹ ਫਿਰ ਇੰਨਾ ਛੋਟਾ ਜਿਹਾ ਬੱਚਾ ਇਸ ਜਾਨਵਰੋਂ ਕਿਵੇਂ ਜਿੱਤੇਗਾ ਜੀ ਫਿਰ ਜਗਨਵੀਰ ਜਦੋਂ ਉੱਥੇ ਐਡਮਿਟ ਹੁੰਦਾ ਹੈ ਕਿ ਕਿੰਨੇ ਦਿਨ ਇਸ ਦਾ ਟ੍ਰੀਟਮੈਂਟ ਉੱਥੇ ਚੱਲਦਾ ਹੈ ਤੇ ਸੁਣਿਆ ਸੀ ਵੀ ਉੱਥੇ ਬਾਲੀਵੁੱਡ ਦਾ ਇੱਕ ਵੱਡਾ ਸਟਾਰ ਵੀ ਇਹਨੂੰ ਮਿਲਣ ਆਇਆ ਸੀਗਾ ਉਹ ਕੀ ਕੀ ਸਰ ਜੀ ਸਰ ਇਹਦਾ ਟ੍ਰੀਟਮੈਂਟ ਟੋਟਲ 7 ਮੰਥਸ 5 ਦਿਨ ਉੱਥੇ ਚੱਲੇ ਆਇਆ ਹੈਗਾ ਅਸੀਂ ਉੱਥੇ ਰਹੇ ਆ ਵਾਪਸ ਮੁੜ ਗਏ ਰਹੀ ਤੇ ਲੁਧਿਆਣੇ ਅਸੀਂ ਨਹੀਂ ਆਏ ਸੀ ਰਹੀ ਗੱਲ ਸਲਮਾਨ ਸਰ ਦੀ ਤੇ ਜਗਨਬੀਰ ਬਚਪਨ ਤੋਂ ਹੀ ਸਲਮਾਨ ਸਾਹਿਬ ਦਾ ਬਹੁਤ ਵੱਡਾ ਫੈਨ ਸੀ ਇਹ ਉਹਨਾਂ ਦੀ ਇੱਕੋ ਮੂਵੀ ਕਈ ਕਈ ਵਾਰ ਦੇਖਦਾ ਸੀ ਤੇ ਇਹਦੀ ਇੱਕੋ ਦਿਲ ਦੀ ਤਮੰਨਾ ਸੀ ਕਿ ਮੈਂ ਲਾਈਫ 'ਚ ਇੱਕ ਵਾਰ ਸਲਮਾਨ ਸਾਹਿਬ ਨੂੰ ਜ਼ਰੂਰ ਮਿਲਣਾ ਹੈ ਮਗਰ ਕੁਦਰਤ ਇਸ ਤਰ੍ਹਾਂ ਨਾਲ ਇਹਨੂੰ ਮਿਲਾਏਗੀ ਕਾਰਨ ਕੈਂਸਰ ਬਣ ਜਾਏਗਾ ਇਹ ਕਦੇ ਨਹੀਂ ਸੋਚਿਆ ਸੀ ਤੇ ਜਦ ਜਗਨ ਜਦੋਂ ਤੁਸੀਂ ਉੱਥੇ ਐਡਮਿਟ ਹੁੰਦੇ ਆ ਵਾਰਡ ਦੇ ਵਿੱਚ ਹੁੰਦੇ ਹੋ ਸਲਮਾਨ ਅਚਾਨਕ ਆਉਂਦੇ ਨੇ ਤੇ ਕਿਵੇਂ ਉਸ ਸਮੇਂ ਤੁਹਾਨੂੰ ਲੱਗਿਆ ਤੇ ਕਿਵੇਂ ਪਛਾਣਿਆ ਸੀ ਸਲਮਾਨ ਖਾਨ ਨੂੰ ਮੈਨੇ ਸਲਮਾਨ ਸਰ ਨੂੰ ਉਹਨਾਂ ਦੇ ਬ੍ਰੇਸਲਟ ਫੀਲ ਕਰਕੇ ਤੇ ਉਹਨਾਂ ਦਾ ਬਾਈਸੈਪਸ ਫੀਲ ਕਰਕੇ ਪਛਾਣਿਆ ਸੀ ਹੂੰ ਤੇ ਪਹਿਲੇ ਜਦੋਂ ਆਇਆ ਸਲਮਾਨ ਖਾਨ ਤਾਂ ਪਹਿਲਾ ਵਰਡ ਕੀ ਬੋਲੇ ਸੀ ਆਗੇ ਕੋਈ ਯਾਦ ਹੈ ਨਹੀਂ ਯਾਦ ਨਹੀਂ ਸੀ ਕਿ ਤੁਸੀਂ ਫੋਟੋਜ਼ ਮੇ ਜਿੰਨੇ ਨਹੀਂ ਕਿਊਟ ਲੱਗਦੇ ਕਿਊਟ ਵਾਲੀ ਲਾਈਨ ਬੋਲੀ ਸੀ ਨਾ ਕੁਝ ਉਹਨਾਂ ਨੇ ਕਹਤਾ ਜੇ ਜਿੰਨੇ ਤੁਸੀਂ ਫੋਟੋ ਵਿੱਚ ਕਿਊਟ ਲੱਗਦੇ ਉੱਤੇ ਤੋਂ ਜ਼ਿਆਦਾ ਕਿਊਟ ਵੀ ਸਰਦਾਰ ਜੀ ਤੇ ਹੁਣ ਤੁਸੀਂ اچانک ਹੀ ਮੈਂ ਸਲਮਾਨ ਖਾਨ ਨੂੰ ਮਿਲੇ ਤਾਂ ਤੁਹਾਡਾ ਇੱਕ ਸੁਪਨਾ ਸੀਗਾ ਜਿਹੜਾ ਉਹਨਾਂ ਨੂੰ ਮਿਲਣ ਦਾ ਉਹ ਪੂਰਾ ਹੋ ਗਿਆ ਹੁਣ ਖੁਸ਼ ਹੋ ਨਹੀਂ ਜੀ ਜੋ ਤਮੰਨਾ ਸੀ ਇਸ ਟਾਈਮ ਉਹ ਦੇਖ ਨਹੀਂ ਪਾਇਆ ਤਾਂ ਤੇ ਫਿਰ ਜਦੋਂ ਹੁਣ ਦੇਖਣ ਲੱਗੇ ਤੇ ਜਦੋਂ ਹੁਣ ਤੁਸੀਂ ਮਿਲਣ ਗਏ ਸੀ ਤਾਂ ਕਿਵੇਂ ਤੇ ਲੱਗੇ ਕਿਵੇਂ ਉਹਨਾਂ ਨੇ ਟ੍ਰੀਟ ਕੀਤਾ ਤੁਹਾਨੂੰ ਉਹਨਾਂ ਨੇ ਅੰਦਰ ਉਹਨਾਂ ਜਦੋਂ ਅੰਦਰ ਆਏ ਸੀ ਉਹਨਾਂ ਦੇ ਬੰਗਲੋ ਵਿੱਚ ਉਹਨਾਂ ਦਾ ਫਰਸਟ ਵਰਡ ਆਈ ਸੀ ਸਰਦਾਰਜੀ ਪਾਰ ਸਾਲ ਲਗਾਦੀ ਆਨੇ ਮੈਂ ਤੇ ਕੀ ਕੀ ਕੀਤਾ ਸੀ ਵੀ ਉੱਥੇ ਜਦੋਂ ਤੁਸੀਂ ਉਹਨਾਂ ਨਾਲ ਸਲਮਾਨ ਖਾਨ ਨਾਲ ਬੈਠੇ ਸੀ ਸਲਮਾਨ ਸਰ ਨੂੰ ਮੇਰੇ ਆਪਣੇ ਪੰਗੜੇ ਤੇ ਸਕੇਟ ਦੀ ਵੀਡੀਓ ਦਿਖਾਈ ਹਾਂ ਉਹ ਬਾਸਕਟਬਾਲ ਦੀ ਵੀਡੀਓਜ਼ ਦਿਖਾਈ ਹਾਂ ਉਹ ਸਭ ਕੁਝ ਵੀਡੀਓ ਦਿਖਾਈ ਔਰ ਸਾਥ ਨੇ ਉਹਨਾਂ ਨੇ ਮੈਨੂੰ ਹੈਂਕੀ ਤੇ ਸਾਈਨ ਕਰਕੇ ਦਿਆ ਹਾਂ ਸੋ ਇਹ ਦੇਖ ਸਕਦੇ ਹੋ ਕਿ ਬਕਾਇਦਾ ਜਿਹੜਾ ਕਿ ਲਿਖਿਆ ਹੋਇਆ ਸਲਮਾਨ ਖਾਨ ਵੱਲੋਂ ਇਹ ਜਿਹੜੀ ਬਕਾਇਦਾ ਤੂੰ ਜਗਨਬੀਰ ਵਿਦ ਲੋਟਸ ਆਫ ਲਵ ਸਟੇ ਸਟਰੋਂਗ ਈਟ ਵੈਲ ਸਟੱਡੀ ਹਾਰਡ ਸਟੱਡੀ ਹਾਰਡ ਐਂਡ ਡਾਂਸ ਲਵ ਸੁਲਮਾਨ ਖਾਨ ਇਹ ਉਹੀ ਹੈਡਰਾਈਟਿੰਗ ਹੈ ਜਿਹੜੀ ਕਿ ਸੁਲਮਾਨ ਖਾਨ ਦੇ ਵੱਲੋਂ ਜਗਨਬੀਰ ਨੂੰ ਜਿਹੜੀ ਹੈ ਲਿਖ ਕੇ ਦਿੱਤਾ ਗਿਆ ਹੈ ਹੈਂਕੀ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਕਿ ਉਹਨਾਂ ਦਾ ਇੱਕ ਬ੍ਰਾਂਡ ਹੈਗਾ ਆ ਉਸ ਦੀ ਹੋਰ ਕੀ ਕੁਝ ਦਿੱਤਾ ਸੀਗਾ ਸੁਲਮਾਨ ਖਾਨ ਨੇ ਹੋਰ ਸੁਲਮਾਨ ਜੀ ਨੇ ਮੈਨੂੰ ਦੋ ਜੋੜੇ ਕੱਪੜੇ ਦਿੱਤੇ ਸੀ ਦਿਖਾਣ ਦੇ ਜੀ ਸਰ ਬੀਇੰਗ ਹਿਊਮਨ ਦੇ ਸਰ ਨੇ ਇਹਨਾਂ ਨੂੰ ਕੱਪੜੇ ਦਿੱਤੇ ਸੀ ਹੂੰ ਤੇ ਸਰ ਨੇ ਦਾ ਸਾਈਜ਼ ਪਹਿਲਾਂ ਹੀ ਟਾਟਾ ਹਸਪੀਟਲ ਤੋਂ ਪਤਾ ਲਗਾ ਲਿਆ ਸੀ ਤੇ ਬਲਕਿ ਜਦੋਂ ਪਤਾ ਲੱਗਾ ਕਿ 9 ਸਾਲ ਦਾ ਬੱਚਾ ਹੈ ਔਰ ਇਹ ਲੈ ਸਾਈਜ਼ ਆ ਰਿਹਾ ਹੈ ਕਹਿੰਦੇ ਸਰਦਾਰ ਜੀ ਬੜਾ weight gain ਕੀਤਾ ਹੋਇਆ ਹੈ ਤੇ ਕਹਿੰਦੇ ਖਾਤੇ ਕੀ ਆਉ ਤੋ ਕਹਿੰਦਾ ਜੀ ਚੂਰ ਮੁਰ ਕੇ ਗੋਲ ਗੱਪੇ ਕਹਿੰਦੇ ਤਾਂ ਹੀ ਗੋਲ ਗੱਪੇ ਵਾਂਗ ਬਣਿਆ ਹੋਇਆ ਹੈ ਤੇ ਉਹਨਾਂ ਨੇ ਕਿਹਾ ਨਹੀਂ ਵੀ ਹਾਂ ਜੀ ਇਹਨੇ ਕਿਊਟ ਲੱਗਦਾ ਤੁਹਾਨੂੰ ਤਾਂ ਤੁਸੀਂ ਮੈਨੂੰ ਫਿਲਮਾਂ ਦੇ ਵਿੱਚ ਵੀ ਲੈ ਲਓ ਕਿਹਾ ਸੀ ਇਦਾਂ ਮੈਨੂੰ ਕਹੇ ਸੀ ਇਹਨਾਂ ਉਹਨਾਂ ਨੇ ਕਿਹਾ ਇਹਨਾਂ ਕਿਊਟ ਲੱਗਦੇ ਤੇ ਮੈਨੂੰ ਕਹੇ ਇਹਨਾਂ ਕਿਊਟ ਲੱਗਦਾ ਤੇ ਆਪਣੀ ਕੋਈ ਫਿਲਮ ਮੇਂ ਲੈ ਲਓ ਉਹਨਾਂ ਕਾ ਕਿਊ ਬਾਕੀ ਨੋ ਡਾਊਟ ਕਿ ਇਹ ਜਿਹੜਾ ਜਗਨਵੀਰ ਹੈ ਇਹ ਬlesਸ ਚਾਈਲਡ ਹੈਗਾ ਆਪਾਂ ਸਪੈਸ਼ਲ ਨਹੀਂ ਕਹਿਣਾ ਬlesਸ ਚਾਈਲਡ ਹੈ ਜੋ ਕਿ ਹਰੇਕ ਖੇਤਰ ਦੇ ਵਿੱਚ ਅਵਰ ਹੈ ਪਮੇਓ ਸਪੋਰਟਸ ਦਾ ਹੋਵੇ এডੂਕੇਸ਼ਨ ਦਾ ਹੋਵੇ ਬਾਕਾਇਦਾ ਜਿਹੜਾ ਕਿ ਇਹ 골ਡ ਮੈਡਲ ਨੇ ਇਹ ਸਕੂਲ ਦੇ ਵੀ ਜਿਹੜੇ ਕੰਪੀਟੀਸ਼ਨ ਹੋਏ ਨੇ ਉਸ ਦੇ ਵਿੱਚ ਹੀ ਜਿਹੜਾ ਕਿ ਜਗਨਵੀਰ ਸਭ ਤੋਂ ਮੋਹਰੀ ਰਹਿੰਦਾ ਹੈ ਅਤੇ ਬਾਕਾਇਦਾ ਸਰਟੀਫਿਕੇਟ ਵੀ ਦੇਖ ਸਕਦੇ ਹੋ ਔਰ ਸਕੂਲ ਦਾ ਕੋਈ ਕੰਪੀਟੀਸ਼ਨ ਹੋਵੇ ਭਾਵੇਂ ਕਲਚਰਲ ਹੋਵੇ ਭਾਵੇਂ ਸਪੋਰਟਸ ਐਕਟੀਵਿਟੀ ਹੋਵੇ ਤੇ ਸਕੂਲ ਦਾ ਵੀ ਪੂਰਾ ਸਹਿਯੋਗ ਰਹਿੰਦਾ ਹੈ ਇਹਨਾਂ ਦਾ ਸਿਸਟਮ ਇਹ ਹੁੰਦਾ ਹੈ ਕਿ ਸਿਰਫ ਜੋ ਬੱਚੇ ਗੁੱਡ ਹੈ ਉਹੀ ਨਾ ਪਾਰਟਿਸਿਪੇਟ ਕਰ ਰਹੇ ਇਹਨਾਂ ਦਾ ਇੱਕੋ ਫੰਡਾ ਹੈ ਕਿ ਹਰ ਬੱਚੇ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਹੈ ਤੇ ਹਰ ਬੱਚਾ ਪਾਰਟਿਸਿਪੇਟ ਕਰਦਾ ਹੈ ਫਿਰ ਵਿੱਚ ਸੋ ਮੈਮ ਜਦੋਂ ਏਡੀ ਵੱਡੀ ਆਪਾਂ ਸਿਚੁਏਸ਼ਨ ਚੋਂ ਗੁਦਰਦੇ ਹਾਂ ਤਾਂ ਆਪਾਂ ਦਾ ਫੈਮਿਲੀ سپورਟ ਸੁਸਾਇਟੀ ਦਾ ਹੋਣਾ ਵੀ ਜ਼ਰੂਰੀ ਹੈ ਉਹ ਉਹ ਕਿਵੇਂ ਦਾ ਐਕਸਪੀਰੀਅੰਸ ਠੀਕ ਕਿਵੇਂ ਤੁਹਾਨੂੰ ਪੂਰਿਆਂ ਦਾ ਸਹਿਯੋਗ ਮਿਲਿਆ ਸਾਰਿਆਂ ਦਾ ਸਭ ਪਹਿਲੀ ਗੱਲ ਤਾਂ ਫੈਮਿਲੀ ਔਰ ਪਰਮਾਤਮਾ ਦਾ ਸਪੋਰਟ ਬਹੁਤ ਜ਼ਰੂਰੀ ਹੈ ਤੇ ਅੱਜ ਦੀ ਡੇਢ ਜੋ ਕੁੜੀਆਂ ਸਿੰਗਲ ਐ ਨਿਊਕਲੀਅਰ ਫੈਮਿਲੀ ਚ ਰਹਿ ਕੇ ਰਾਜੀ ਆਂ ਤੇ ਮੈਨੂੰ ਉਸ ਵੇਲੇ ਲੱਗਿਆ ਸੀ ਕਿ ਮੈਂ ਆਪਣੇ ਆਪ ਨੂੰ ਬlesed feel ਕਰ ਰਹੀ ਸੀ ਕਿ ਮੈਂ ਜੁਆਇੰਟ ਫੈਮਿਲੀ ਚ ਆ ਕਿਉਂਕਿ ਜੋ ਜਗਨਬੀਰ ਵਸ ਅਚਾਨਕ ਸਾਨੂੰ ਜਾਣਾ ਪਿਆ ਤੇ ਆਲਰੇਡੀ ਮੇਰਾ ਉਸ ਵੇਲੇ ਇੱਕ 6 8 ਸਾਲ ਦਾ ਬੇਟਾ ਸੀ ਵੱਡਾ ਜਿਹਨੂੰ ਫਿਰ ਉਹਦੀ ਦਾਦੀ ਮਾਂ ਔਰ ਚਾਚੂ ਚਾਚੀ ਦੇ ਕੋਲ ਅਸੀਂ ਛੱਡ ਕੇ ਗਏ ਸੀ ਰਹੀ ਗੱਲ ਸੋਸਾਇਟੀ ਦੀ ਸੋਸਾਇਟੀ ਦੀ ਵੀ ਸਪੋਰਟ ਰਹਿੰਦੀ ਐ ਸ ਪਰ ਮੈਂ ਚਾਹਦੀ ਸੋਸਾਇਟੀ ਹੋਰ ਅੱਗੇ ਵੱਧ ਕੇ ਇਹ ਚੀਜ਼ ਹਰ ਬੱਚੇ ਨੂੰ ਜੇ ਅਸੀਂ ਕਹਿੰਦੇ ਆ ਕਿ ਪੜ੍ਹਨ ਦਾ ਅਧਿਕਾਰ ਹੈ ਅੱਗੇ ਵੱਧਨ ਦਾ ਅਧਿਕਾਰ ਹੈ ਮੈਂ ਕਹਾਂ ਸਿਰਫ ਬੋਲਣ ਦੀ ਗੱਲਾਂ ਲੱਗੀਆਂ ਜਦੋਂ ਮੈਨੂੰ ਉਸ ਤੋਂ ਬਾਅਦ ਜਗਨਵੀਰ ਦੀ ਐਡਮਿਸ਼ਨ ਦੀ ਵਾਰੀ ਆਈ ਸੈਕਿੰਡ ਟਾਈਮ ਮੈਂ 810 ਸਕੂਲਾਂ 'ਚ ਭਟਕੀ ਕਿ ਕੋਈ ਜਗਨਵੀਰ ਨੂੰ ਲੇ ਮੈਂ ਕਹਾਂ ਮੈਨੂੰ ਹਰ ਵਾਰ ਇਹੀ ਦਿੱਕਤ ਆ ਰਹੀ ਸੀ ਕਿ ਮੈਮ ਇਸਕੇ ਲਈ ਸਪੈਸ਼ਲ ਕਾਪੀ ਚਪਵਾਉਣੀ ਪੜੇਗੀ ਸਪੈਸ਼ਲ ਫੌਂਟ ਹੋਗਾ ਸਪੈਸ਼ਲ ਟੀਚਰ ਹੋਗੀ ਉਹ ਸਾਡੇ ਵਾਸਤੇ ਪੋਸੀਬਲ ਨਹੀਂ ਆਪਣੇ ਸ਼ੈਡਿਊਲ 'ਚ ਕੱਢਣਾ ਤੇ ਮੈਨੂੰ ਫਿਰ ਇੰਡਸ ਵਰਲਡ ਸਕੂਲ ਇੱਕ ਹੋਪ ਬਣ ਕੇ ਸਾਹਮਣੇ ਆਇਆ ਤੇ ਇਹਨਾਂ ਦੀ ਪ੍ਰਿੰਸੀਪਲ ਮੈਮ ਦੇ ਵਰਡ ਮੈਨੂੰ ਅੱਜ ਵੀ ਹਮੇਸ਼ਾ ਯਾਦ ਰਹਿੰਦੇ ਨੇ ਉਹਨਾਂ ਨੇ ਕਿਹਾ ਸੀ ਮੈਮ ਅਗਰ ਜਗਨਬੀਰ 3.5 ਸਾਲ ਦੀ ਉਮਰ ਮੇਂ ਇਤਨਾ ਬੜਾ ਚੈਲੰਜ ਫੇਸ ਕਰੇ ਕਿ ਵਾਪਸ ਆ ਸਕਤਾ ਹੈ ਤਾਂ ਕੀ ਹਮਾਰਾ ਸਕੂਲ ਇੱਕ ਇਸਕੋ ਪੜ੍ਹਾਉਣੇ ਦਾ ਚੈਲੰਜ ਨਹੀਂ ਲੈ ਸਕਦਾ ਹੈ ਤੇ ਉਹ ਅੱਜ ਉਹਨਾਂ ਨੇ ਵਾਕਿਆ ਆਪਣੇ ਵਰਡਸ ਪੂਰੇ ਰਿੱਖਤੇ ਨੇ ਤੇ ਜਗਨਬੀਰ ਹਰ ਇੱਕ ਖੇਤਰ ਚੱਕ ਗਏ ਹੈ। ਬਾਕੀ ਸਕੂਲ ਦੇ ਪ੍ਰਿੰਸੀਪਲ ਮੈਮ ਵੀ ਸਾਡੇ ਨਾਲ ਮजूद ਨੇ। ਮੈਮ ਕੀ ਨਾਮ ਹੈ ਤੁਹਾਡਾ? ਮੀਤੂ ਡਾਂਡੀ। ਮੈਮ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਕਿ ਐਡੀ ਵੱਡੀ ਯਾਨੀ ਕਿ ਸਰਵਾਈਵ ਕੀਤਾ ਹੈਗਾ ਬੱਚੇ ਨੇ ਡਿਸੀਜ਼ ਨਾਲ ਲੜ ਕੇ ਅੱਜ ਤੁਹਾਡੇ ਸਕੂਲ ਦੇ ਵਿੱਚ ਇਹ ਐਡਮਿਸ਼ਨ ਹੋਈ ਹੈਗੀ ਅਤੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਿਹੜੇ ਕਿਸ ਤਰ੍ਹਾਂ ਦੇ ਬlesਸ ਚਾਈਲਡ ਹੁੰਦੇ ਨੇ ਉਹਨਾਂ ਨੂੰ ਲੈ ਕੇ ਸਕੂਲ ਦੇ ਵਿੱਚ ਅਰੇਂਜਮੈਂਟ ਕਰਦੇ ਹੋ ਸਰ ਥਿੰਗ ਇਜ਼ ਥੈਟ ਕਿ CBSE ਐਂਡ ਅਦਰਵਾਇਜ਼ 올 এডੂਕੇਸ਼ਨ ਪਾਲਿਸੀ ਟਾਕਸ ਅਬਾਊਟ ਦਾ ਇਨਕਲੂਸਿਵ ਐਜੂਕੇਸ਼ਨ ਐਂਡ ਆਈ ਫੀਲ ਕਿ ਹਮੇ ਗਰਾਊਂਡ ਰੂਟ ਲੈਵਲ ਪਰ ਇਨਕਲੂਸਿਵ ਐਜੂਕੇਸ਼ਨ ਕੋ ਇੰਪਲੀਮੈਂਟ ਕਰਨਾ ਚਾਹੀਏ ਆਈ ਪੇ ਸਪੈਸ਼ਲ Uh, attention hmm. to these god gifted children hmm. and uh, i have found ki ye bacche har kshetra mein alag alag kar rahe hain main hmm. Uh, मतलब दे आर गुड इन स्पोर्ट्स को करिकुलर एक्टिविटीज स्टडीज़ एज़ वेल पर्टिकुलरलीफ आई टॉक ऑफ जगन तो इस बच्चे के लिए हमने नोटबुक्स भी अलग रखी हुई हैं hmm. जिनका फोन्ट साइज़ इसकी राइटिंग बुक नोटबुक है hmm. अब आप hmm. इस नोटबुक को देख सकते हैं hmm. ये लाइंस इसके बिग लाइंस हैं और ये एक नॉर्मल पेंसिल नहीं है ये टेन बी पेंसिल यूज़ करता है ताकि बड़ा लिखा जाए एंड इवन क्लास टीचर ऑल्सो दे टेक केयर इस बच्चे को हम नॉर्मल पेन से नहीं लिख के दे सकते क्योंकि वो इसको विजिबिलिटी में प्रॉब्लम आती है तो इसके लिए कलरफुल पेंसिल्स जो है वो टीचर पेंसिल लिखते हैं एंड ही इज़ गोइंग टू फॉलो दैट अप और बहुत स्मार्ट ये बच्चा काम कर रहा है आप इसकी हैंड राइटिंग देखिए टेबल सब इसको आते हैं कैलकुलेशंस भी इस बच्चे को आते हैं सो जिस so, तरह के नाल जगन के मम्मा ने जिक्र किया कि ब्लैस चाइल्ड के में स्पेशल ऑलरेडी मैंने रखा हुआ है hmm. और बहुत कई और भी बच्चे हमारे पास हैं hmm. जो कि गिफ्टेड चिल्ड्रन हैं एंड वी वांट टू नरिश देम उन बच्चों का जो करिकुलम है वो भी हम थोड़ा शॉर्ट करते हैं स्पेसिफिक करते हैं एंड वी आल्सो लुक इनटू कई बच्चे ड्राइंग में बहुत अच्छे होते हैं hmm. तो वी फोकस की उनकी ड्राइंग स्किल्स कई बच्चे म्यूज़िक में बहुत एंजॉय करते हैं तो उनकी म्यूज़िक क्लासेस रहती हैं कई बच्चों का आईटी स्किल बहुत स्मार्ट है कई बच्चे बहुत स्पोर्ट्स uh, को करते हैं सो वी फोकस कि रोबस्ट स्टूडेंट शुड बी क्रिएटेड अपार्ट फ्रॉम दैट हमारे बच्चे बहुत सारे कल्चरल और संस्कारी एक्टिविटीज़ हम करते रहते हैं hmm. तो उनमें संस्कार भी रहते हैं और ये हम सब की एक क्यूमुलेटिव सोशल रिस्पॉन्सिबिलिटी है hmm. कि वी हैव टू गिव दैम द राइट life right direction and channelize the energy so that they can be they are really the future of the country and we it is our responsibility to take care of that and group them on the right track so jaganveer de teacher ne jithe ki class de vich jaganveer padda ohna na vi gal baat kar le ne ma'am kis tarah da jive ki baaki bacche is de choti age de honge jaganveer nu is tarah de naal challenges jadon aunde ne kis tarah ohnu face karwa karde ho fir जगन इज़ नॉट अ प्रॉब्लम एनी डे इनफैक्ट आई एम प्राउड टू हैव अ स्टूडेंट लाइक हिम बिकॉज बच्चों में एक क्यूरियोसटी uh, होती है लर्न करने की hmm. इसको इतनी ज़्यादा इतने लाइफ में से चैलेंज देख ली हैं कि इसको पढ़ाई पढ़ाई नहीं लगती इट्स अ गेम फॉर हिम एवरी डे ही वॉन्ट्स टू लर्न न्यू थिंग सो बच्चों के साथ ये बहुत केयरिंग है लविंग है रिस्पॉन्सिबिलिटी देखता है क्लास में मोनिटर है और अपने हर सब्जेक्ट में बहुत अच्छा है अपनी मम्मा को घर जाते ही याद दिलाता है कि मैम ने नोट लिख के भेजा है मुझे अभी के <laughs> अभी साइन करो मुझे ये काम खत्म करके देना है अगर इफ आई मेक अ कॉल अराउंड फाइव थर्टी जगनवीर का होमवर्क हुआ होता है लर्निंग पार्ट इज ऑलवेज डन सो ही इज वेरी रिस्पांसिबल चाइल्ड भी किस तरह नो ही इज नॉट इन फैक्ट ही इज द मोनिटर ऑफ एंटायर कियर ऑफ एवरी चाइल्ड सो ही इज नॉट एट ऑल नॉटिंग ਈਦਰ ਰਿਸਪਾਂਸ ਬਸ ਤੈਨੂੰ ਨੋਟੀ ਕਰੇ ਪਰ ਤੂੰ ਸ਼ਰਾਰਤ ਕਰਦਾ ਨਹੀਂ ਜਗਨਵੀਰ ਕਿਉਂ ਨਾਟ ਐਟ 올 ਘਰ 'ਤੇ ਕਰਦਾ ਉਹਦਰ ਘਰ 'ਤੇ ਕਰਦਾ ਹੈ ਸਕੂਲ 'ਤੇ ਡਾਂਟ ਪੜਤੀ ਹੈ ਮੈਮ ਡਾਂਟਤੀ ਹੈ ਇਸ ਲਈ ਨਹੀਂ ਹਾਂ ਸਕੂਲ 'ਮੇ ਮਜ਼ਾ ਨਹੀਂ ਸਕੂਲ 'ਮੇ ਸ਼ਰਾਰਤ ਨਹੀਂ ਕਰਨੀ ਹੈ ਘਰ 'ਤੇ ਮਜ਼ਾ ਆਤਾ ਹੈ ਬ੍ਰਦਰ ਦੇ ਸਾਥ ਸੋ 바ਕੀ ਜਿਸ ਤਰ੍ਹਾਂ ਦੇ ਨਾਲ ਮਾਹੌਲ ਬਹੁਤ ਹੀ ਸ਼ਾਨਦਾਰ ਹੈਗਾ ਯਾ ਸਕੂਲ ਦੇ ਵਿੱਚ ਤੇ ਪੂਰਾ سپورਟ ਵੀ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਜਿਹੜੇ ਕਿ ਬੱਚੇ ਹੁੰਦੇ ਨੇ ਇਹਨਾਂ ਨੂੰ ਸਪੈਸ਼ਲ ਜਿਹੜਾ ਕਿ ਇੱਕ ਟ੍ਰੀਟ ਦੀ ਲੋੜ ਹੁੰਦੀ ਹੈਗੀ ਸੋ ਇਹ ਜਿਹੜੇ ਕਿ ਬੱਚੇ ਨੇ ਕਿਸੇ ਨਾ ਕਿਸੇ ਖੇਤਰ ਤੇ ਵਿੱਚ ਕੋਈ ਨਾ ਕੋਈ ਮੁਹਾਰਤ ਰੱਬ ਵੱਲੋਂ ਹੀ ਇਹਨਾਂ ਨੂੰ ਬਖਸ਼ੀ ਜਾਂਦੀ ਹੈ ਸੋ ਇਸ ਤਰ੍ਹਾਂ ਜਿਹੜੇ ਕਿ ਬੱਚੇ ਹੋਰ ਨਾਲ ਵੀ ਮਿਸਾਲ ਨੇ ਸੋ ਇਹ ਸਟੋਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਮੈਂ ਤੁਹਾਨੂੰ ਇਜਾਜ਼ਤ ਦਿੰਦਾ